ਨਹੀਂ ਤਾਂ ਸਭ ਨੂੰ ਪਤਾ ਕੀ ਉੱਥੇ ਕੋਰਟ ਪੂਰੇ ਹੋਇਆ, ਕੀ ਹੋਇਆ, ਜਿਹਨੇ ਕੀਤਾ ਉਹਨੂੰ ਭਾਵੇਂ ਸਫਾਏ ਦਿਓ। ਕਦੇ ਹੋਇਆ ਕਿ ਚੀਫ ਮਿਨਿਸਟਰ ਜਿਹੜਾ ਡੈਮੋਕ੍ਰੇਟਿਕਲੀ ਇਲੈਕਟਿਡ ਹੈੱਡ ਆਫ ਏ ਸਟੇਟ ਹੈ, ਉਹ 307 ਦੇ ਮੁਕੱਦਮੇ 'ਚ ਉਹਨੂੰ ਗਵਾਹ ਦੇ ਤੌਰ 'ਤੇ ਪੇਸ਼ ਕੀਤਾ ਜਾਏ? ਮੇਰੇ ਖਿਆਲ ਹਿਸਟਰੀ 'ਚ ਕਦੇ ਨਹੀਂ ਹੋਇਆ। ਮੈਂ ਜ਼ਰੂਰ ਤੁਹਾਡੇ ਅੱਗੇ ਦੇਵਾਂਗਾ ਜਵਾਬ, ਭਾਵੇਂ ਤੁਸੀਂ ਸਿਰਫ ਜਿਹੜੀ ਘਟਨਾ ਹੋਈ ਆ ਕੋਰਟ ਪੂਰੇ ਉਹਦੇ ਮੁਤਲਕ ਪੁੱਛਣਾ ਚਾਹੁੰਦੇ ਹੋ, ਤੁਹਾਡੀ ਜਿਹੜਾ ਨੋਟਿਸ ਹੈ, ਪਰ ਮੈਂ ਫਿਰ ਵੀ ਜੋ ਵੀ ਸਵਾਲ ਤੁਸੀਂ ਪੁੱਛੋਗੇ, ਮੈਨੂੰ ਪਤਾ ਜਿਹੜੇ ਸਵਾਲ ਤੁਸੀਂ ਪੁੱਛਣੇ ਆ ਉਹਨਾਂ ਦਾ ਮੈਂ ਸਵਾਲ ਸਹੀ ਜਵਾਬ ਦਿਆਂ। ਇਸ ਕਰਕੇ ਉਹਨਾਂ ਨੇ ਜੋ ਸਵਾਲ ਇੱਧਰ ਉੱਧਰ ਦੇ ਦੋ ਚਾਰ ਪੁੱਛਣੇ ਸਨ ਪੁੱਛੇ, ਅਤੇ ਮੈਂ ਉਹਦਾ ਜਵਾਬ ਦਿੱਤਾ। CM ਨੇ ਪਹਿਲਾਂ ਵੀ ਇਹ ਸਟੇਟਮੈਂਟ ਦੇ ਦਿੱਤੀ ਹੈ, ਔਰ ਸਾਰੇ ਆਖੀ ਜਾਂਦੇ ਅਸੀਂ ਬਾਦਲਾਂ ਨੂੰ ਐਂ ਕਰਨਾ ਅੰਦਰ ਦੇ ਦੇਣ, ਮੈਨੂੰ ਕੀ ਫਰਕ ਪੈਂਦਾ? ਮੈਂ ਤਾਂ CM ਮੈਨੂੰ ਆਹਦਾ ਜਿਹੜੀ ਜੇਲ੍ਹ 'ਚ ਆਖਣ ਮੈਂ ਉੱਥੇ ਅੜੀ ਜਾਂਦਾ ਰਹਿੰਦਾ ਜਿਹੜਾ ਪਿਆ। ਇਹ ਤਾਂ ਐਵੇਂ ਗੱਲਾਂ ਨਾ, ਚਲੋ ਕੋਈ ਗੱਲ ਨਹੀਂ, ਸਮਝ ਨਹੀਂ ਆਉਂਦੀ। ਪਿਛਲੇ ਵਾਰ ਵੀ ਉਹਨਾਂ ਨੇ ਆਪਦੀ ਰਜੀਮ 'ਚ, ਚਲੋ ਮੈਨੂੰ ਤਾਂ ਸੁਖਬੀਰ ਤਾਂ ਕਹਿੰਦਾ, ਮੇਰੀ ਵਾਈਫ ਨੂੰ ਵੀ ਉਹਨਾਂ ਨੇ ਜੇ ਉਹ ਭੇਜਿਆ ਮੁਕੰਦਮਾ ਕਰ। ਇਸ ਕਰਕੇ ਵਿੰਡਿਕਟਿਵ ਨੇਚਰ ਨਾਲ ਅਕਾਲੀ ਦਲ ਨੂੰ ਤੇ ਧੱਬੇ ਲਾਉਂਦੇ ਆ, ਲੇਕਿਨ ਅਖੀਰ ਨੂੰ ਸੱਚਾਈ ਜਿਹੜੀ ਹੈ ਉਹ ਸੱਚਾਈ ਹੈ, ਝੂਠ ਝੂਠ ਹੈ ਸਾਹਮਣੇ ਆ। ਦੇਖੋ ਕੋਈ ਸਵਾਲ ਹੋਵੇ ਤਾਂ ਪੁੱਛਣ, ਕੀ ਪੁੱਛਣਗੇ? ਕੀ ਇੱਕ ਪੁੱਛਦੇ ਆ ਕਿ ਤੁਸੀਂ DGP ਨੂੰ ਕੀ ਆਖ? ਦੇਖੋ ਤੁਸੀਂ ਮੈਨੂੰ ਚੰਗੀ ਤਰ੍ਹਾਂ ਜਾਣਦੇ, ਪ੍ਰੈਸ ਵੀ ਜਾਣਦੇ, ਪੁਲਿਸ ਅਫਸਰ ਨੇ, ਮੈਂ ਅੱਜ ਤੱਕ ਨਹੀਂ ਕਿਹਾ ਕਿ ਕਿਤੇ ਕੋਈ ਗੋਲੀ ਚਲਾਓ। ਨਾ ਸੈਨੀ ਨੇ ਆਪਦੇ ਬਿਆਨ 'ਚ ਕਿਹਾ, ਡੇਰੇ ਵਾਲੇ ਨੂੰ ਪੁੱਛਿਆ ਸੀ, ਉਹ ਮੈਂ ਮਾਫ਼ੀ ਦਿੱਤੀ ਜੀ, ਮੈਨੂੰ ਤਾਂ ਪਤਾ ਵੀ ਕੋਈ ਨਹੀਂ। ਮੈਂ ਤਾਂ ਬੇਅਦਬੀ ਹੋਈ ਜਿਹਨੂੰ ਦਿੱਤੀ, ਅਸੀਂ ਤਾਂ ਕਾਨੂੰਨ ਬਣਾਇਆ ਵੀ ਜਿਹੜਾ ਬੇਅਦਬੀ ਕਰਦਾ ਕੀ ਸੀ, ਕਾਨੂੰਨ 10 ਸਾਲ ਦੀ ਸਜ਼ਾ ਦਿਓ। ਸਵਾਲ ਪੁੱਛਿਆ ਜੀ, ਮੈਂ ਕਿਹਾ ਹੁਣ ਮੈਨੂੰ ਇੰਨਾ ਯਾਦ ਨਹੀਂ ਵੀ ਬੇਅਦਬੀਆਂ ਹੋਈਆਂ ਵਖੋਈਆਂ, ਅਸੀਂ ਉਹਦੇ 'ਤੇ ਐਕਸ਼ਨ ਲਏ, ਸਿੱਟ ਮੁਕਰਰ ਕੀਤੀ, ਜੋ ਕੁਛ ਸਾਰਾ ਕੀਤਾ ਉਹਨਾਂ ਦਾ। ਆਈ ਥਿੰਕ ਦੇ ਵਰ ਫੁੱਲੀ ਸੈਟਿਸਫਾਈਡ ਵਿਦ ਮਾਈ ਰਿਪਲਾਈਜ਼, ਬਟ ਦਾ ਰਿਜ਼ਲਟ ਵਿਲ ਬੀ ਨੋਨ ਆਫਟਰ ਦੇ ਗੇਵ ਦੇਅਰ ਰਿਪੋਰਟ। ਉਹ ਮੈਨੂੰ ਪਤਾ ਜਿਹੜਾ ਹੋਣਾ, ਉਹ ਸਾਨੂੰ ਗਵਾਹ ਤੋਂ ਮੁਲਜ਼ਮ ਬਣਾਉਣਾ। ਹੁਣ ਵੀ ਪੰਜਾਬ ਦੇ ਲੋਕਾਂ ਨੂੰ ਐਂ ਲੱਗਦਾ ਵੀ ਜਿਵੇਂ ਅਸੀਂ ਮੁਲਜ਼ਮ ਦੇ ਤੌਰ 'ਤੇ ਹਾਂ। ਅੱਜ ਪੰਜਾਬ 'ਚ ਸਿੱਧੀ ਦੋ ਤਰ੍ਹਾਂ ਦੀ ਲੜਾਈ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਅਮਨ ਪਸੰਦ ਅਤੇ ਸ਼ਾਂਤੀ ਅਤੇ ਉਹਦੇ ਵਾਸਤੇ ਕੁਰਬਾਨੀ ਹੈ, ਸਾਡੇ ਸਾਨੂੰ ਮਾਰਨ ਵਾਸਤੇ ਵੀ ਲੋਕ ਲੱਗੇ ਆ, ਸਾਰੇ ਲੋਕਾਂ ਨੂੰ ਪਤਾ। ਅਤੇ ਕਾਂਗਰਸ ਵਾਲੇ ਤਾਂ ਮਿਲ ਕੇ, ਮੈਂ ਉਹਨਾਂ ਨੂੰ ਵੀ ਆਖਿਆ ਵੀ ਖੇਡ ਖੇਡ ਰਹੇ ਹੈ ਤੁਸੀਂ ਇਸ ਖੇਡ 'ਚ, ਨਾ ਅੱਗੇ ਤੁਹਾਡਾ ਵੀ ਨੁਕਸਾਨ ਹੋਇਆ, ਕਾਂਗਰਸੀਆਂ ਦਾ ਵੀ ਹੋਇਆ, ਸਾਡਾ ਵੀ ਹੋਇਆ। ਇਹ ਖੇਡ ਖੇਡਦੇ ਖੇਡਦੇ ਕਿਤੇ ਅਸੀਂ ਪੰਜਾਬ ਨੂੰ ਨਾ ਗੁਆ ਬੈਠੀ।